ਹਾਂਜੀ ਬਾਬਾ ਕਰਦੇ ਆ ਸਵਾਤ ਤੁਹਾਡੇ ਆਪਦੇ YouTube ਚੈਨਲ ਤੇ ਜਿਹੜਾ ਵੀ ਵੀਰ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਾਲ ਲੱਗੇ ਘੰਟੀ ਦੇ ਉਸਨ ਵਾਲ ਤੇ ਕਰ ਦਿਓ ਸੈਟ ਤਾਂ ਕਿ ਸੋ ਨਵੇਂ ਨਵੇਂ ਵੀਡੀਓ ਚਾਲ ਤੇ ਮਿਲਦੀਆਂ ਰਹਣ ਤੇ ਅੱਜ ਆਪਾਂ ਤੁਹਾਡੇ ਲਈ ਕਾਫੀ ਟਰੈਕਟਰ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਸਾਡਾ ਹੈਲਪਲਾਈਨ ਨੰਬਰ ਕਰੋ ਨੋਟ ਇਸ ਤੇ ਪੰਜ ਤੁਸੀਂ ਫੋਟਾਂ ਭੇਜ ਕੇ ਤੇ ਇਨਫੋਰਮੇਸ਼ਨ ਭੇਜ ਕੇ ਕਿਸੇ ਵੀ ਸੰਦੀ ਆ ਲਵਾ ਸਕਦੇ ਹੋ ਜੇ ਡੰਗਰਾਂ ਦੀ ਕਾਰਾਂ ਦੀ ਐਡ ਆਪਾਂ ਚੈਨਲ ਉੱਤੇ ਨਹੀਂ ਲਾਵਾਂਗੇ ਤੇ ਆਪਾਂ ਹੁਣ ਗੱਲ ਕਰਦੇ ਆ ਪਾਵਰ ਟਰੈਕ 445 ਦੀ ਜਿਸ ਦਾ ਜੋ ਮਾਡਲ ਹੈ 2005 ਮਾਡਲ ਹੈ ਟਰੈਕਟਰ ਦਾ ਜੇ ਪਹਿਲੇ ਟਾਈਮ ਦੀ ਗੱਲ ਕਰੀਏ 50 60 ਪਏ ਟਾਇਰ ਪਾਣੇ ਹੈਵੀ ਬੰਪਰ ਹੱਡ ਨਾਲ ਟਰੈਕਟਰ ਦੇ ਬਾਡੀ ਚੈਸਿਸ ਦਰਾਂਗ ਲਿੰਕਾਂ ਰੰਗਸਰ ਨਾਲ ਦਾ ਹੈ ਕਿਤੇ ਵੀ ਬਰਸਤਾਂ ਨੇ ਫਿਰ ਆਪੂਰੀ ਸਾਹ ਸੰਭਾਲ ਲਈ ਚੈਟਰ ਰੱਖਿਆ ਗਿਆ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋਲੋ ਕੇ ਆਏ ਕੋਈ ਕੈਂਪੀਸ਼ਨ ਕੋਈ ਪਾਰਟਸ ਚੇਂਜ ਨਹੀਂ ਹੋਇਆ ਹੋਇਆ ਕੋਈ ਰਿਪੇਅਰ ਨਹੀਂ ਪਾਲਦਾ ਤੇ ਜਿਹੜਾ ਇਹ ਵੀਰਪੁਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾਦੇ ਹੂੰ ਤੇ ਜੰਮੂ ਦਾ ਨੰਬਰ ਹੈ ਟਰੈਕਟਰ ਦਾ 155000 ਪਰ ਡਿਮਾਂਡ ਰੱਖੀ ਗਈ ਹੈ ਮਾਲਕ ਵੀਰ ਹੁਣੀਆਂ ਵੱਲੋਂ ਮੋਗਾ ਏਰੀਆ ਹੈ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾਦੇ ਹੂੰ ਤੇ ਹੁਣ ਨਾ ਪਗਲ ਕਰਦੇ ਆ ਮਹਿੰਦਰਾ 265 DI ਦੀ ਜਿਹੜਾ ਜੋ ਮਾਡਲ ਹੈ 1995 ਮਾਡਲ ਦਾ ਟਰੈਕਟਰ ਦਾ ਜੇ ਆਪੇ ਟਾਈਮ ਦੀ ਗੱਲ ਕਰੀਏ 40 ਕ ਪੈਸੇ ਹੈ ਟਾਇਰ ਪੈਣੇ ਬਾਡੀ ਚਾਹ ਜ ਰੰਗ ਲਿੰਕਾ ਰੰਗ ਨਾਲ ਦਾ ਟਰੈਕਟਰ ਦਾ ਇੱਕ ਤੇ ਬਰਸਤਾ ਨਹੀਂ ਫਿਰਿਆ ਪੂਰੀ ਸਾਫ ਸਮਹਾਲ ਦੇ ਵਿੱਚ ਐਡ ਰੱਖਿਆ ਗਿਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਕੰਬਸ਼ਨ ਕੋਈ ਪਾਰਟਸ ਚੇ ਨਹੀਂ ਹੋਇਆ ਹੋਇਆ ਕੋਈ ਰੇਅਰ ਨਹੀਂ ਭਾਲਦਾ ਨਿਊ ਬੈਟਰੀ ਹੈ ਟਰੈਕਟਰ ਦੀ ਤੇ ਜਿਹੜਾ ਵੀਰ ਭਰਾ ਇਹ ਟਰੈਕਟਰ ਲੈਣ ਲਈ ਚਾਹਵਣ ਹੋਵੇ ਸਿੰਪਲੀ ਉਹੀ ਕਾਲ ਕਰੇ ਫालतू ਜ ਮੇਰਾ ਵੀਰ ਭਰਾ ਕੋਈ ਵੀ ਕਾਲ ਨਾ ਕਰਿਓ ਤੇ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 210000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤੀ ਲੈਸ ਹੋਵੇਗਾ ਤੇ ਬਾਕੇ ਚਲਾ ਕੇ ਦੇਣ ਦੀ ਰੈਟਰ ਫੁੱਲ ਗਾਰੰਟੀ ਹੈ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਗੱਲ ਕਰਕੇ ਤੁਸੀਂ ਰੈਟਰ ਖੀ 사ਦੇ ਹੂੰ ਤੇ ਬਠਿੰਡਾ ਏਰੀਆ ਮਾਲਕਵੀਰ ਹੁਣੀਆਂ ਦਾ ਤੇ ਹੁਣ ਨਾ ਪਗਲ ਕਰਦੇ ਆ ਫਾਰਮਾਟ੍ਰੈਕ 60 ਦੀ ਜਿਸ ਦਾ ਜੋ ਮਾਡਲ ਹੈ 2011 ਮਾਡਲ ਹੈ ਟਰੈਕਟਰ ਦਾ ਜੇ ਆਪੇ ਟਾਈਮ ਦੀ ਗੱਲ ਕਰੀਏ 85 ਪੈ ਹੈ ਟਾਇਰ ਪੈਣੇ ਨਾਲ ਦੇ ਟੈਨ ਟਰੈਕਟਰ ਦੇ ਕੋਲ 805 ਘੰਟੇ ਟਰੈਕਟਰ ਚਲਿਆ ਹੋਇਆ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਗੰਬੇਸ਼ ਨਹੀਂ ਕੋਈ ਪਾਰਟ ਚੇਨ ਨਹੀਂ ਹੋਆ ਹੋਕਰ ਬੇਅਰ ਨਹੀਂ ਪਾਲ ਦਾ ਬਾਡੀ ਚੈਸਸ ਦਰਾਂ ਗਲਿੰਗਾ ਰੰਗ ਸਰ ਨਾਲ ਦਾ ਹੈ ਕਿਤੇ ਬਰਸਤਾਂ ਨਹੀਂ ਫਿਰਿਆ ਪੂਰੀ ਸਾਸ ਹਮਾਲ ਦੇ ਚੈਟਰ ਰੱਖਿਆ ਗਿਆ ਹੈ ਹੈਵੀ ਬੰਪਰ ਫਾਈਬਰ ਹੁੱਡ ਸਿਸਟਮ ਨਾਲ ਆ ਟਰੈਕਟਰ ਦੇ ਜਿਹੜਾ ਇਹ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾਦੇ ਹਾਂ ਆਲ オリジナル ਟਰੈਕਟਰ ਹੈ ਡੰਡਾ ਡਰਾਈਵ ਨਾਲ ਆ ਟਰੈਕਟਰ ਦੇ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 3,85,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਾਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਬਰਨਾਲਾ ਏਰੀਆ ਮਾਲਕਵੀਰ ਹੁਣੀਆਂ ਦਾ ਤੇ ਹੁਣ ਆਪਾਂ ਗੱਲ ਕਰਦੇ ਆ ਐਚ ਐਮਟੀ 4511 ਦੀ ਜੇ ਆਪੇ ਟਾਇਰ ਦੀ ਗੱਲ ਕਰੀਏ ਬਿਲਕੁਲ ਨਿਊ ਟਰੈਕਟਰ ਦੇ ਟਾਇਰ ਨੇ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਬਾਡੀ ਚਾਸਿਸ ਦਰਾਂਗ ਲਿੰਕਾਂ ਰੰਗਸ ਨਾਲ ਦਾ ਕਿਤੇ ਬਰਸਤਾ ਨਹੀਂ ਫਿਰਿਆ ਪੂਰੀ ਸਾਹ ਸਮਾਲ ਦੇ ਚੈਟਰ ਰੱਖਿਆ ਗਿਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋਲੋ ਕੀ ਹੈ ਕੋਈ ਕੰਬੈਸ਼ਨ ਕੋਈ ਪਾਰਟਕਸ ਨਹੀਂ ਹੋਆ ਹੋਇਆ ਹੈ ਤੇ ਪੰਜਾਬ ਨੰਬਰ ਟਰੈਕਟਰ ਹੈ ਜਿਹੜਾ ਇਹ ਵੀਰਪੁਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਰੀਸਾ ਦਿਓ ਜੇ ਆਪੇ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 1,50,000 ਰੁਪਏ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਗਿੱਦੜਵਾ ਹੈਰੀਆ ਮਾਲਕਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਗੱਲ ਕਰਕੇ ਤੁਸੀਂ ਐਚ ਐਮ ਟੀ 4511 ਖਰੀਦ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਫਾਰਮਾਟ ਟਰੈਕ 45 ਦੀ ਜਿਹਦਾ ਜੋ ਮਾਡਲ ਹੈ 2011 ਮਾਡਲ ਹੈ ਟਰੈਕਟਰ ਦਾ ਜੇ ਆਪੇ ਟਾਇਰ ਦੀ ਗੱਲ ਕਰੀਏ ਬਿਲਕੁਲ ਨਿਊ ਟਰੈਕਟਰ ਦੇ ਟਾਇਰ ਨੇ ਪਾਵਰ ਸਟੀering ਟਰੈਕਟਰ ਹੈ ਤੇ ਬਾਡੀ ਚ ਇਸ ਤਰ੍ਹਾਂ ਗਲਿੰਕਾ ਰੰਗ ਹਸਿਆ ਨਾਲ ਦਾ ਇੱਕ ਤੇ ਬਸਤਾਂ ਨਹੀਂ ਫਿਰ ਆ ਪੂਰੀ ਸਾਹ ਸੰਭਾਲ ਦੇ ਚੈਟਰ ਰੱਖਿਆ ਗਿਆ ਹੈ ਹੱਡਮੇ ਸਿਸਟਮ ਨਾਲਾ ਟਰੈਕਟਰ ਦੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਆ ਕੋਈ ਕੰਪੇਸ਼ਨ ਕੋਈ ਪਾਰਟ ਚੇਂਜ ਨਹੀਂ ਹੋਇਆ ਹੋਇਆ ਗੁਰਪੇਰ ਨੀਪਾਲ ਦਾ ਫੁੱਲਪ ਦੀਆਂ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜਿਹੜਾ ਇਹ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਰਿਸਾ ਦਿਓ ਆਲ ओरिजिनल ਟਰੈਕਟਰ ਤੇ ਕੋਈ ਪਾਰਟ ਚੇਂਜ ਨਹੀਂ ਹੋਇਆ ਹੋਇਆ ਤੇ ਡਬਲ ਕਲੱਚਾ ਟਰੈਕਟਰ ਜਿਹੜਾ ਵੀਰਪੁਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾਦੇ ਹੋ ਤੇ ਡਿਮਾਂਡ ਮਾਲਕ ਵੀਰ ਹੋਈ ਤਾਂ ਕੰਟਰੈਕਟਰ ਨੰਬਰ ਤੇ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਟਰੈਕਟਰ ਨੰਬਰ نیچے ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਤੇ ਹਰਿਆਣਾ ਸਟੇਟ ਦੇ ਵਿੱਚ ਟਰੈਕਟਰ ਖੜਿਆ ਹੈ ਇਸ ਟਾਈਮ ਤੇ ਹੁਣ ਆਪਾਂ ਗੱਲ ਕਰਦੇ ਆ ਨਿਊ ਹਾਲੈਂਡ 330 TX+ ਦੀ ਜਿਸ ਦਾ ਜੋ ਮਾਡਲ ਹੈ 2010 ਮਾਡਲ ਦਾ ਟਰੈਕਟਰ ਦਾ ਜੇ ਆਪੇ ਟਾਈਮ ਦੀ ਗੱਲ ਕਰੀਏ ਬਿਲਕੁਲ ਨਿਊ ਟਰੈਕਟਰ ਦੇ ਟਾਇਰ ਪ ਨੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਪੰਜਾਬ ਨੰਬਰ ਟਰੈਕਟਰ ਹੈ ਅਗਲੇ ਟਾਇਰ ਤੇ ਮਗਰਾਟ ਚੜੇ ਹੋਏ ਨੇ ਬਾਡੀ ਚ ਇਸ ਤਰ੍ਹਾਂ ਦੇ ਮਰਾਟਾ ਰੰਗ ਸਾਰ ਨਾਲ ਦਾ ਇੱਕ ਤੇ ਬੁਰਸਤਣੀ ਫਿਰਿਆ پوری ਸਾਹ ਸੰਭਾਲ ਦੇ ਵਿੱਚ ਐਡ ਰੱਖਿਆ ਗਿਆ ਪਾਵਰ ਸਟੀering ਤੇ ਡਬਲ ਡਿਸਟ੍ਰਿਬਿਊਟਰ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕਿ ਕਿਸੇ ਕੋਈ ਪਾਰਟਸ ਚਾਹੀਏ ਨਹੀਂ ਹੋਇਆ ਹੋਇਆ ਕੋਈ ਬੇਰ ਨਹੀਂ ਪਾਲਦਾ 3 ਸਪੀਡ ਟਰੈਕਟਰ ਹੈ ਤੇ ਜਿਹੜਾ ਇਹ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਫਲਵ ਦੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੇ ਆਪਾਂ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 4,80,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬੋਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇਉ ਤੇ ਮੋਗਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਬਹੁ ਬਹੁ ਕਰਦੇ ਆਂ ਧੰਨਵਾਦ ਜੀ ਸਾਡੇ ਪੂਰੀ ਵੀਡੀਓ ਦੇਖਣ ਲਈ ਜਿਹੜਾ ਵੀਰਪਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਲੱਗੇ ਘੰਟੀ ਦੇ ਆਪਸ ਸਨਵਾਲ ਤੇ ਕਰ ਦਿਓ ਸੈਟ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਚੈਨਲ ਤੇ ਮਿਲਦੀਆਂ ਰਹਿਣ ਧੰਨਵਾਦ ਜੀ ਸਤਿ ਸ੍ਰੀ ਅਕਾਲ